Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੋਸ਼ਾ। ਮੈਨੂੰ ਬਣਾਉਣ ਲਈ ਕੋਈ ਕਾਰੀਗਰ ਹੈ, ਸਾਨੂੰ ਕਾਰੀਗਰਾਂ ਦੀ ਲੋੜ ਹੈ। ਕੰਮ ਕਰਨ ਲਈ ਕਾਰੀਗਰਾਂ ਦੀ ਲੋੜ ਹੈ। ਬੜੀ ਬਿਜ਼ਨਸ ਮਾਰਕੀਟਿੰਗ ਸਟ੍ਰੈਟਜੀਜ਼ ਬਣਾ ਕੇ ਬੈਠੀ ਹੈ ਵੱਡੀ ਬਿਜ਼ਨਸ ਵੁਮੈਨ। ਵਿਰਾਜ ਜੀ, ਤੁਸੀਂ ਪੋਸਟਰਸ ਕਿਉਂ ਪਾੜੇ? ਤੂੰ ਜਿੰਨੀ ਵਾਰ ਲਾਏਂਗੇ ਨਾ, ਉਨੀ ਵਾਰ ਪਾੜੂੰਗਾ। ਤੂੰ ਫੇਰ ਲਾਏਂਗੀ, ਮੈਂ ਫੇਰ ਪਾੜੂੰਗਾ। ਮੇਰੇ ਪਰਿਵਾਰ ਦੀ ਮਿਹਨਤ ਨਾਲ ਖੜੇ ਹੋਏ ਬਿਜ਼ਨਸ ਉੱਤੇ ਨਾ ਮੈਂ ਤੈਨੂੰ ਇੰਨੀ ਛੇਤੀ ਕਬਜ਼ਾ ਨਹੀਂ ਕਰਨ ਦੇਣਾ, ਇੰਨੀ ਆਸਾਨੀ ਦੇ ਨਾਲ। ਤੇਰੇ ਵਰਗੀ ਧੋਖੇਬਾਜ਼ ਨੂੰ ਨਾ ਇਹ ਬਿਜ਼ਨਸ ਚਲਾਉਣ ਦਾ ਕੋਈ ਹੱਕ ਨਹੀਂ ਹੈ। ਵਿਰਾਜ ਜੀ, ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਤੁਹਾਡੀ। ਤੁਸੀਂ ਮੈਨੂੰ ਵਾਰ ਵਾਰ ਧੋਖੇਬਾਜ਼ ਕਿਉਂ ਕਹਿ ਰਹੇ ਹੋ? ਤੈਨੂੰ ਧੋਖੇਬਾਜ਼ ਨਾ ਕਵਾਂ ਤਾਂ ਕੀ ਕਵਾਂ। ਪਹਿਲਾਂ ਤੂੰ ਵਿਚਾਰੀ ਜੀ ਬਣ ਕੇ ਸਾਡੇ ਘਰ ਵਿੱਚ ਆਈ, ਫਿਰ ਤੂੰ ਆਪਣਾ ਬਿਜ਼ਨਸ ਖੋਲਣ ਦਾ ਪਖੰਡ ਕੀਤਾ। ਮੈਂ ਕੋਈ ਪਖੰਡ ਨਹੀਂ ਕੀਤਾ ਵਿਰਾਜ ਜੀ, ਇਹ ਬਿਜ਼ਨਸ ਮੇਰਾ ਸੁਪਨਾ ਸੀ ਤੇ ਹੁਣ ਤਾਂ ਮੇਰੀ ਆਪਣੀ ਦੁਕਾਨ ਵੀ ਹੈ। ਠੀਕ ਹੈ, ਤੇਰੀ ਦੁਕਾਨ ਹੈ, ਦੁਕਾਨਦਾਰੀ ਚਲਾ, ਪਰ ਆਪਣੀ ਦੁਕਾਨਦਾਰੀ ਚਲਾ, ਫਿਰ ਮੈਂ ਦੇਖਦਾ ਤੂੰ ਕਿੰਨੀ ਕੁ ਤਰੱਕੀ ਕਰਦੀ। ਪਰ ਸਾਡਾ ਨਰੂਲਾ ਸਵੀਟਸ ਦਾ ਨਾਮ ਵਰਤ ਕੇ ਅੱਗੇ ਕਿਉਂ ਵੱਧ ਰਹੀ ਹੈ ਤੂੰ? ਦੇਖੋ ਜੀ, ਨਰੂਲਾ ਸਵੀਟਸ ਦਾ ਨਾਮ ਚੱਲਦਾ ਤੇ ਪੂਰੇ ਕਾਨੂੰਨੀ ਤੌਰ ਤਰੀਕੇ ਨਾਲ ਮੇਰਾ ਪੂਰਾ ਹੱਕ ਹੈ ਇਸ ਨਾਮ ਤੇ। ਪਰ ਫਿਰ ਵੀ ਜੇ ਹੁਣ ਤੁਸੀਂ ਮੈਨੂੰ ਬਾਕੀ ਦੇ ਕਾਗਜ਼ ਛੇਤੀ ਨਾ ਦਿੱਤੇ ਨਾ ਜੀ, ਤਾਂ ਮੈਨੂੰ ਮਜਬੂਰ ਹੋ ਕੇ ਕਾਨੂੰਨੀ ਕਾਰਵਾਈ ਕਰਨੀ ਪੈਣੀ ਹੈ। ਕਾਨੂੰਨੀ ਕਾਰਵਾਈ ਕਰੇਂਗੇ ਨਾ, ਕਰ ਲੈ। ਪਰ ਕਾਨੂੰਨੀ ਕਾਰਵਾਈ ਨਾਲ ਸਿਰਫ ਤੈਨੂੰ ਨਰੂਲਾ ਸਵੀਟਸ ਦਾ ਨਾਮ ਮਿਲੂਗਾ। ਪਰ ਇਕੱਲੇ ਨਾਮ ਨਾਲ ਕੀ ਹੁੰਦਾ? ਮੈਂ ਵੀ ਦੇਖਦਾ ਕਿ ਪੂਰੇ ਅੰਮ੍ਰਿਤਸਰ ਵਿੱਚ ਕਿਹੜਾ ਕਾਰੀਗਰ ਤੇਰੇ ਨਾਲ ਕੰਮ ਕਰਦਾ। ਇੱਕ ਮਿੰਟ ਵਿਰਾਜ ਜੀ, ਸਾਰੇ ਪਰਿਵਾਰ ਨੇ ਗੱਲ ਮੰਨ ਲਈ ਹੈ ਕਿ ਉਹਨਾਂ ਦਾ ਬਿਜ਼ਨਸ ਮੈਂ ਖਰੀਦ ਲਿਆ, ਪਰ ਤੁਹਾਨੂੰ ਇਹ ਗੱਲ ਮੰਨਣ ਵਿੱਚ ਇੰਨੀ ਤਕਲੀਫ ਕਾਹਤੋਂ ਹੋ ਰਹੀ ਹੈ? ਬਾਕੀ ਸਾਰਿਆਂ ਨੇ ਨਾ ਭਰੇ ਮਨ ਨਾਲ ਇਹ ਗੱਲ ਮੰਨੀ ਹੈ ਤੇ ਤੂੰ ਸਾਰਿਆਂ ਦਾ ਨਾ ਦਿਲ ਦਿਖਾਇਆ, ਪਰ ਮੈਂ ਸ਼ਾਇਦ ਉਹਨਾਂ ਵਿੱਚੋਂ ਨਹੀਂ ਹਾਂ। ਮੇਰੇ ਵਿੱਚ ਨਰੂਲਾ ਸਵੀਟਸ ਵਾਲਿਆਂ ਦਾ ਖੂਨ ਨਹੀਂ ਵਗ ਵਗ, ਇਸ ਕਰਕੇ ਮੈਂ ਇੰਨੀ ਸੌਖੀ ਇਹ ਗੱਲ ਨਹੀਂ ਮੰਨਣੀ। ਇੰਨਾ ਸੌਖਾ ਮੈਂ ਨਰੂਲਾ ਸਵੀਟਸ ਦੇ ਬਿਜ਼ਨਸ ਉੱਤੇ ਤੈਨੂੰ ਕਬਜ਼ਾ ਨਹੀਂ ਕਰਨ ਦਿੰਦਾ। ਤੂੰ ਕੀ ਸੋਚਦੀ ਹੈ, ਕਿਸੇ ਬਦਮਾਸ਼ ਕੋਲੋਂ ਧਮਕੀ ਦਵਾ ਕੇ ਤੂੰ ਮੈਨੂੰ ਡਰਾ ਸਕਦੀ ਹੈ? ਬਦਮਾਸ਼ ਪਰ ਕਿਹੜਾ ਵਿਰਾਜ ਜੀ,
ਧਮਕੀ ਦੇਣ ਵਾਲਾ ਬਦਮਾਸ਼ ਕਿੱਥੋਂ ਆ ਗਿਆ? ਇਸ ਕਰਕੇ ਵਿਰਾਜ ਜੀ ਮੇਰੇ ਉੱਤੇ ਇੰਨਾ ਗੁੱਸਾ ਸੀ। ਉਦੋਂ ਅੰਮ੍ਰਿਤਸਰ ਵਿੱਚ ਵਿਰਾਜ ਜੀ ਨੂੰ ਸਾਰੇ ਕਾਰੀਗਰ ਜਾਣਦੇ ਨੇ। ਜੇ ਸੱਚੀ ਉਹਨਾਂ ਨੇ ਕਾਰੀਗਰਾਂ ਨਾਲ ਗੱਲ ਕਰ ਲਈ ਤਾਂ ਮੈਨੂੰ ਕੋਈ ਕਾਰੀਗਰ ਨਹੀਂ ਮਿਲਣਾ। ਹਿਮਾ ਸ਼ੇਰਾ ਵਾਲੀਏ, ਹੁਣ ਮੈਂ ਕੀ ਕਰਾਂ? ਵਿਰਾਜ ਜੀ ਨਰੂਲਾ ਸਵੀਟਸ ਵਾਲਿਆਂ ਦੇ ਪਰਿਵਾਰ ਵਿੱਚੋਂ ਨੇ। ਉਹ ਤਾਂ ਇੱਕ ਅਨਾਥ ਆਸ਼ਰਮ ਵਿੱਚ ਪਲਕੇ ਵੱਡੇ ਹੋਏ ਨੇ। ਮੈਨੂੰ ਪਤਾ ਹੁਣ ਮੈਂ ਕੀ ਕਰਨਾ। ਥੈਂਕ ਯੂ ਰੀਤ ਜੀ, ਸ਼ੁਕਰੀਆ ਬਹੁਤ ਬਹੁਤ। ਇਹ ਤਾਂ ਬਹੁਤ ਵਧੀਆ ਓਪਰਚੁਨਿਟੀ ਹੈ, ਆਪਾਂ ਕੱਲ੍ਹ ਤੋਂ ਹੀ ਕੰਮ ਸ਼ੁਰੂ ਕਰ ਦਿਆਂਗੇ। ਅਨੰਨਿਆ, ਲੈ ਤੇਰੀ ਚਾਹ। ਵਿਰਾਜ ਰੁਕ, ਵਿਰਾਜ ਲੱਗਿਆ ਕੁਝ ਪਤਾ? ਤੇ ਨਾਲੇ ਤੂੰ ਰੀਤ ਨੂੰ ਪੁੱਛਿਆ ਕਿ ਉਹ ਬਦਮਾਸ਼ ਕੌਣ ਸੀ ਜਿਨ੍ਹਾਂ ਨੇ ਤੈਨੂੰ ਫੋਨ ਕੀਤਾ? ਬਦਮਾਸ਼ ਵਾਲੀ ਧਮਕੀ ਛੱਡੋ ਭੂਆ ਜੀ, ਹੁਣ ਤਾਂ ਮੈਨੂੰ ਉਹਨੇ ਆਪ ਮੇਰੇ ਤੇ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਤੁਸੀਂ ਸਾਰਿਆਂ ਨੇ ਉਹਨੂੰ ਸਿਰ ਤੇ ਚੜਾਇਆ ਸੀ ਨਾ, ਹੁਣ ਦੇਖ ਲਓ ਨਤੀਜਾ। ਏਦਾਂ ਨਹੀਂ ਹੋ ਸਕਦਾ, ਰੀਤ ਭਾਬੀ ਏਦਾਂ ਨਹੀਂ ਕਰ ਸਕਦੀ। ਮੈਂ ਤੁਹਾਨੂੰ ਕਿਹਾ ਸੀ ਨਾ ਵਿਰਾਜ ਭਾਜੀ ਕਿ ਮੈਨੂੰ ਜਾ ਲੈਣ ਦਿਓ, ਪਰ ਤੁਸੀਂ ਮੈਨੂੰ ਮਨਾ ਕਰ ਦਿੱਤਾ ਤੇ ਹੁਣ ਰੀਤ ਨੂੰ ਚਾਂਸ ਮਿਲ ਗਿਆ ਤੁਹਾਨੂੰ ਪੁੱਠਾ ਸਿੱਧਾ ਬੋਲਣ ਦਾ ਤੇ ਤੁਹਾਡੀ ਇਨਸਲਟ ਕਰਨ ਦਾ। ਮੈਂ ਕੀ ਕਰਾਂ, ਉਹਨੂੰ ਆਪਣੇ ਬਿਜ਼ਨਸ ਤੇ ਉਦਾਂ ਹੀ ਕਬਜ਼ਾ ਕਰਨ ਦਵਾਂ? ਪਲੀਜ਼ ਵਿਰਾਜ ਭਾਜੀ, ਹੁਣ ਇਸ ਇਸ਼ੂ ਨੂੰ ਸੋਲਵ ਕਰੋ। ਇਹ ਬਿਜ਼ਨਸ ਵਿਕ ਗਿਆ ਤੇ ਤੁਸੀਂ ਇੰਨਾ ਪ੍ਰੈਸ਼ਰ ਕਿਉਂ ਲਿਆ ਹੋਇਆ? ਇਸ ਲੜਾਈ ਨੂੰ ਖਤਮ ਕਰੋ, ਮੈਂ ਫੈਡ ਅਪ ਹੋ ਚੁੱਕਾ ਇਸ ਘਰ ਦੇ ਵਿੱਚ ਲੜਾਈਆਂ ਦੇਖ ਦੇਖ ਕੇ। ਤੇ ਮੈਂ ਬਾਊ ਜੀ ਨੂੰ ਵੀ ਵਾਰ ਵਾਰ ਇਸ ਲਈ ਕਿਹਾ ਸੀ ਬਿਜ਼ਨਸ ਵੇਚਣ ਲਈ ਤਾਂ ਕਿ ਇਸ ਘਰ ਦੇ ਵਿੱਚ ਸ਼ਾਂਤੀ ਬਣੀ ਰਹੇ। ਅੱਛਾ, ਤੈਨੂੰ ਪਤਾ ਲੱਗ ਹੀ ਗਿਆ ਕਿ ਇਸ ਘਰ ਵਿੱਚ ਕਲੇਸ਼ ਦੀ ਜੜ ਇਹ ਬਿਜ਼ਨਸ ਨਹੀਂ ਸੀ। ਬਿਜ਼ਨਸ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਘਰ ਵਿੱਚ ਸ਼ਾਂਤੀ ਜਾਂ ਕਲੇਸ਼ ਘਰ ਦੇ ਲੋਕਾਂ ਨਾਲ ਹੁੰਦਾ। ਰੀਤ ਜਦੋਂ ਤੱਕ ਇੱਥੇ ਸੀ ਘਰ 'ਚ ਸ਼ਾਂਤੀ ਸੀ, ਪਰ ਹੁਣ ਬਹੁਤ ਦੇਰ ਹੋ ਗਈ ਹੈ। ਹੁਣ ਨਾ ਤਾਂ ਰੀਤ ਨੇ ਇਸ ਘਰ 'ਚ ਰਹਿਣਾ, ਨਾ ਹੀ ਬਿਜ਼ਨਸ ਤੁਹਾਡੇ ਕੋਲ। ਰੱਬ ਕਰੇ ਹੁਣ ਤੁਹਾਨੂੰ ਸਾਰਿਆਂ ਨੂੰ ਚੈਨ ਆ ਜਾਵੇ।
ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।